ਪ੍ਰਭੂ ਜਿਵੇਂ ਸਾਨੂੰ ਪ੍ਰਬੰਧ ਸੱਜਣ ਦਾ ਹੁਕਮ ਹੈ ਉਸੇ ਤਰ੍ਹਾਂ ਹੀ ਅਸੀਂ ਆਪਣਾ ਪ੍ਰੋਗਰਾਮ ਤੁਹਾਡੀ ਸਾਹਿਬ ਵਿੱਚ ਪੇਸ਼ ਕਰੀ ਜਾਣਾ। ਆਪਣੀ ਮਨਪਸੰਦ ਆ ਗਈ ਸ੍ਰੀ ਕੁਲਦੀਪ ਮਾਨ ਗੀਤ ਬਿਲਕੁਲ ਨਵਾਂ, ਜੇ ਕਿਸੇ ਨੇ ਟੇਪ ਕਰਨਾ ਹੋਵੇ ਤਾਂ ਕਰ ਲੈ, ਇਹਦੇ ਚ ਜੇ ਤੁਹਾਡੇ ਕੋਲ ਹੈਗੀ ਤਾਂ ਕਰ ਲਓ ਤੁਸੀਂ ਵੀ, ਖੁੱਲੀ ਛੁੱਟੀ ਆ। ਗੀਤ ਸੁਣਨ ਵਾਲਾ ਤੋਂ ਕਹਿਣ ਲੱਗਾ, ਛੱਤਰੀ ਸਾਹਿਬ ਪਹਿਲਾਂ ਹੀ ਮੇਰੇ ਬਾਰੇ ਜੋ ਕੁਛ ਕਹਿ ਕੇ ਗਏ ਨੇ, ਉੱਡਾ ਵੱਡਾ ਕਲਾਕਾਰ ਤਾਂ ਮੈਂ ਹੈ ਨੀ ਪਰ ਤੁਹਾਡੇ ਚਰਨਾਂ ਦੀ ਖਾਕ ਹੈ ਸਾਰਿਆਂ ਨੇ, ਤਾਂ ਮੈਂ ਗੱਲ ਕਹਿਣ ਲੱਗਾ ਹਰ ਗੀਤ ਦੇ ਵਿੱਚ ਕੋਈ ਨਾ ਕੋਈ ਮਤਲਬ ਹੁੰਦਾ। ਮੂੰਹ ਤੇ ਪੱਲਾ ਆ ਜਾ ਠੰਡਾ ਸੀ ਬਦਕਾ ਦੇ, ਰਾਖੀ ਰੱਖਦੇ ਜੇ ਦੋਸਤ ਘਰੇ ਨਾ ਹੋਵੇ ਬਾਹਰ ਚ ਬਹਿ ਜਾਂਦੇ ਪਰ ਅੰਦਰ ਨੀ ਜਾਂਦੇ, ਜੋ ਦੋਸਤਾਂ ਬੰਦਾ ਉਹਨੂੰ ਪੁੱਛ ਕੇ ਕਹਿੰਦੇ ਬਾਈ ਕੀ ਕਰਨਾ, ਵੀ ਉਹ ਤਾਂ ਘਰੇ ਨੀ ਮੇਰੇ ਕੋਲ ਇੱਥੇ ਹੀ ਬਹਿ ਜਾ, ਉਹਨੂੰ ਕਹਿੰਦੇ ਯਾਰ ਮਿੱਤਰ ਬਈ ਨਾ ਤਾਂ ਮੈਂ ਗਾਹਾਂ ਘਰੇ ਗਿਆ ਤੇ ਨਾ ਹੀ ਤੂੰ ਜਾਈ, ਇੱਥੇ ਬਹਿ ਜਾ ਜਦੋਂ ਆਊਗਾ ਅੰਦਰ ਬੜਾਂਗੇ। ਕਈ ਯਾਰ ਇਹੋ ਜਿਹੇ ਹੁੰਦੇ ਆ, ਕੋਈ ਸੱਜਣ ਜਦੋਂ ਯਾਰ ਮਿੱਤਰ ਆਉਂਦਾ ਉਹਨੂੰ ਬੈਸਟ ਚ ਬਿਠਾ ਕੇ ਕਹਿੰਦਾ ਬਾਈ ਮੈਂ ਕੋਈ ਨੀ ਤੇਰੇ ਵਾਸਤੇ ਕੋਈ ਸੇਵਾ ਸੂਵਾ ਵਾਸਤੇ ਕੁਛ ਲੈ ਕੇ ਆਉਣਾ ਬੋਤਲ ਸ਼ੁਕਰ, ਉਹ ਜਦੋਂ ਬਾਈ ਹਲੇ ਬੈਸਟ ਦਾ ਬਾਹਰ ਹੀ ਲੰਘਦਾ ਤੇ ਪਹਿਲਾਂ ਹੀ ਮੇਰੇ ਵਰਗੇ ਯਾਰ ਰਸੋਈ ਚ ਵੱਜਦੇ ਆ, ਆ ਭਾਬੀ ਆਪਾਂ ਤੇਰੇ ਵਾਸਤੇ ਹੀ ਆਏ ਸੀਗੇ, ਲੋ ਗੱਲ ਕਹਿਣ ਲੱਗਾ ਧਿਆਨ ਦੇਣਾ। ਇਹ ਸੱਚੇ ਤੇ ਕੌੜੇ ਸੱਚ ਹੈ, ਲੋ ਗੱਲ ਕਹਿਣ
ਅਗਲਾ ਗੀਤ ਫੇਰ ਪੇਸ਼ ਕਰ ਰਹੇ ਨੇ ਸ੍ਰੀ ਕਲਦੀਪ ਮਾਨਕੀ ਰਿਟਾਇਰ ਪੇਸ਼ ਕਰਨ ਲੱਗਾ ਚੌਥੇ ਨੂੰ ਕਾਂਟੇ ਬਣਾ ਦਿਓ ਝਮੂਲੀਆਂ ਵਾਲੇ ਪੇਪਰ ਪੱਤੀਆਂ ਬਣਾ ਦਿਓ ਨੱਥ ਮਛਲੀ ਬਣਾ ਦਿਓ ਵੰਗਾਂ ਬਣਾ ਦਿਓ ਰਾਣੀ ਹਾਰ ਬਣਾ ਦਿਓ ਕਲਿੱਪ ਬਣਾ ਦਿਓ ਨੱਕ ਦਾ ਕੋਕਾ ਬਣਾ ਦਿਓ ਜੋ ਮਰਜ਼ੀ ਬਣਾ ਦਿਓ ਫੇਰ ਵੀ ਕੋਈ ਨਾ ਕੋਈ ਘਾਟ ਰਹੀ ਜਾਂਦੀ ਹੈ ਮੇਰੇ ਗਿੱਟੇ ਦੀ ਢਾਂਚੇ ਤਾਂ ਬਣਾ ਕੇ ਨਹੀਂ ਲਿਆਂਦੀ ਹੈਂਜੀ ਤੂੰ ਗੱਲ ਕਿਆ ਲਗਾ ਪੰਤੇ ਵਿੱਚ ਰੜਕ ਨਾ ਹੋਵੇ
ਪਿੱਛੋਂ ਗੱਲ ਕਹਿਣ ਲੱਗਾ ਧਿਆਨ ਦੇਣਾ।
ਕਰੀਏ ਮਾਂ। ਉਸ ਤੋਂ ਬਾਅਦ ਭੈਣ ਬਾਰੇ ਵੀ ਸੁਣਿਆ, ਹੁਣ ਪੁੱਤਾਂ ਬਾਰੇ ਇੱਕ ਗੱਲ ਕਹਿਣ ਲੱਗਾ, ਛੋਟੀ ਜੀ ਪਰ ਪੂਰੀ ਨੀ ਕਹਿਣੀ। ਉਹ ਕਲੀਆਂ ਦੇ ਵਿੱਚ ਖੇਡਦੇ ਸਾਡੇ ਪੁੱਤ ਦੇ ਹਾਰੀ, ਆਪ ਮਹਾਰਾ ਡੁੱਲਦਾ ਅੱਖੀਆਂ ਤੋਂ ਪਾਣੀ।
ਦੇ ਸ਼ੌਕ ਹੁੰਦੇ ਆ, ਕਿਸੇ ਦਾ ਸ਼ੌਕ ਹੁੰਦਾ ਵਧੀਆ ਖਾਣ ਪੀਣ ਦਾ, ਕਿਸੇ ਦਾ ਸ਼ੌਕ ਹੁੰਦਾ ਵਧੀਆ ਪਹਿਨਣ ਦਾ, ਕਿਸੇ ਦਾ ਸ਼ੌਕ ਹੁੰਦਾ ਵਧੀਆ ਖੇਡਣ ਦਾ, ਕਿਸੇ ਦਾ ਸ਼ੌਕ ਹੁੰਦਾ ਉਹ ਕੰਮ ਦਾ ਯਾਦ ਰੱਖਣ ਚਾਹੇ ਨਾ ਰੱਖਣ, ਉਹਨਾਂ ਨੇ ਚਰਸ ਵਾਲੀ ਸਿਗਰਟ ਪੀਣੀ ਪੀਣੀ। ਤਾਂ ਕਿਸੇ ਦਾ ਸ਼ੌਕ ਹੁੰਦਾ ਬਾਹਰੋਂ ਕੁੱਟ ਖਾ ਕੇ ਆਉਣੀ ਘਰ ਵਾਲੀ ਤਰੋਬ ਔਖਾ ਹੀ। ਗੱਲਾਂ ਇਹਦੇ ਵੀ ਕਈ ਸੱਜਣਾਂ ਤੇ ਲੱਗਣਗੀਆਂ, ਪਰ ਜਿਹੜੀ ਮੈਂ ਪਹਿਲਾਂ ਗੱਲ ਕਹੀ ਸੀ ਉਸੇ ਤੇ ਧਿਆਨ ਦਿਓ। ਹੁਣ ਸਰਪਿਣੀ
ਵੀ ਸੁਣਿਆ ਪਰ ਜਿੰਨਾ ਸਵਾਦ ਉਹਨਾਂ ਸਵਾਦ ਟੀਵੀ ਚ ਨਹੀਂ ਆਉਂਦਾ, ਰੇਡੀਓ ਚ ਨਹੀਂ ਆਉਂਦਾ, ਟੇਪ ਰਿਕਾਰਡਰ ਚ ਨਹੀਂ ਆਉਂਦਾ, ਜਿੰਨਾ ਆਪੇ ਸਮਝ ਲਿਓ। ਤੋਂ ਪੇਸ਼ ਕਰ ਲਾਂਗਾ ਮਿੱਤਰਾਂ ਦੀ ਹਮਾਇਸ਼ ਮੇਰਾ ਆਪਣਾ ਕਾਰਗੀ। ਹਾਂਜੀ ਵਨ ਦੱਸਣਾ ਹੈ ਨੀਗਾ। ਪਿੱਛੋਂ ਫਿਰ ਕਰੀਏ
ਵੀ ਕਰੀਏ ਨਾ ਸੱਚੀ ਗੱਲ ਥਾਲੀ ਵਾਲੀ ਸੱਚੀ ਗੱਲ ਥਾਲੀ ਵਾਲੀ ਦਿਲ ਤੋਂ ਭੁਲਾਈਏ ਨਾ ਅੱਡੋ ਅੱਡੀ ਇਹ ਗੀਤ ਦੇ ਵਿੱਚ ਗੱਲਾਂ ਆਉਣਗੀਆਂ ਜੇ ਕਿਸੇ ਤੇ ਲੱਗਦੀ ਹੋਵੇ ਉਹ ਮੈਂ ਉਹਨਾਂ ਅੱਗੇ ਹੱਥ ਬੰਨ ਕੇ ਬੇਨਤੀ ਕਰਦਾ ਵੀ ਮੇਰਾ ਗੁੱਸਾ ਨਾ ਕਰਨ ਲਿਖਣਾ ਨੇ ਲਿਖਤਾ ਤੇ ਅਸੀਂ ਗਾਤਾ ਤੇ ਜੇ ਕੋਈ ਲੱਗਦੀ ਹੋਵੇ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਵੀ ਮੇਰੇ ਤੇ ਗੁੱਸਾ ਨਾ ਕਰਨ ਨੀਵੀਂ ਜ਼ਰੂਰ ਪਾ ਲੈਣ ਦੋ ਥਾਂ ਦੇ ਪੰਗਾ ਲਈਏ ਮੁੜ ਕੇ ਨਾ ਖਿੱਲੇ ਪਈਏ ਦੁਸ਼ਮਣ ਨਾਲ ਪੰਗਾ ਲਈਏ ਮੁੜ ਕੇ ਨਾ
ਸਾਡੀਆਂ ਭੈਣਾਂ ਕਹਿਣਗੀਆਂ ਵੀ ਸਾਡੇ ਮਤਲਬ ਦਾ ਕੋਈ ਗੀਤ ਨਹੀਂ ਪੇਸ਼ ਕੀਤਾ। ਇਹ ਗੀਤ ਪੇਸ਼ ਕਰਨ ਲੱਗਾ, ਇਹ ਗੀਤ ਹਾਲੇ ਮੈਂ ਰਿਕਾਰਡ ਕਰਾਉਣਾ, ਪਰ ਜੇ ਤੁਹਾਡੇ ਕੋਲ ਡੱਕ ਹੈਗਾ ਤਾਂ ਬੇਸ਼ੱਕ ਰਿਕਾਰਡ ਕਰ ਲਓ, ਕਰ ਲਓ ਹੈ ਨੀ ਯਾ ਦੱਸ ਦੀ ਹੈਗਾ ਫਿਰ ਕਰ ਲਓ। ਤਾਂ ਗੱਲ ਇਹ ਹੈ, ਇਹ ਗੱਲ ਕਹਿਣ ਲੱਗਾ, ਬਹੁਤ ਮੰਨਤਾ ਮਨਾ ਕੇ ਬਹੁਤ ਹੀ ਦੇਵੀ ਦੇਵਤਿਆਂ ਨੂੰ ਧਿਆ ਕੇ ਮੰਦਰਾਂ ਚ ਨੱਕ ਰਗੜ ਕੇ ਕਈ ਵਾਰੀ ਆਪਣੇ ਰਿਵਾਜ ਹੈ ਬਈ ਜੇ ਕਿਸੇ ਬੀਬੀ ਦੇ ਔਲਾਦ ਨਾ ਹੁੰਦੀ ਹੋਵੇ ਤੇ ਸੱਸ ਐਵੇਂ ਹੀ ਲੜੀ ਜਾਂਦੀ ਹੈ, ਐਵੇਂ ਹੀ 2 ਸਾਲ ਲੰਘ ਜਾਣ ਤਾਂ ਇਹ ਤਾਂ ਕਲਹਿਣਿਆਂ ਦੀ ਆ ਗਈ, ਇਹ ਤਾਂ ਅੱਗ ਲੱਗਣਿਆਂ ਦੀ ਸਾਡੇ ਘਰੇ ਆ ਗਈ, ਜੋ ਆ ਕੇ ਨਹੀਂ ਹੁੰਦਾ ਕਿਤੇ 20 ਸਾਲਾਂ ਬਾਅਦ। ਹੱਸਣ ਵਾਲੀ ਗੱਲ ਨੀ, ਬਿਲਕੁਲ ਸੀਰੀਅਸ ਗੱਲ ਹੈ, ਬਾਅਦ ਚੱਸ ਲਓ ਜੇ ਤੁਹਾਨੂੰ ਹੱਸਣ ਵਾਲੀ ਗੱਲ ਲੱਗੀ। 20 ਸਾਲ ਬਾਅਦ ਦੇਵੀ ਦੇਵਤਿਆਂ ਨੂੰ ਮਨਾ ਕੇ ਸੱਚੇ ਪਾਤਸ਼ਾਹ ਨੂੰ ਯਾਦ ਕਰਕੇ ਉਹਦੀਆਂ ਸੁੱਖਾਂ ਮਨਾ ਕੇ ਇੱਕ ਬੱਚਾ ਪੈਦਾ ਹੁੰਦਾ, ਪਰ ਪੈਦਾ ਕੀ ਹੁੰਦਾ, ਲੜਕੀ ਪੈਦਾ ਹੋ ਜਾਂਦੀ ਹੈ ਸੱਸ ਫੇਰ ਦੁਖੀ। ਉਹਨੂੰ ਇਹ ਨੀ ਪਤਾ ਬਈ 20 ਸਾਲ ਬਾਅਦ ਇਸ ਲੜਕੀ ਦੀ ਕੁੱਖ ਤਾਂ ਸਲੱਕਣੀ ਹੋਈ, ਭਾਵੇਂ ਧੀ ਜੰਮ ਪਈ, ਪਰ ਫੇਰ ਵੀ ਉਹਨੇ ਕਹਿਣਾ ਕਲਹਿਣਿਆਂ ਦੀ ਆ ਗਈ, ਫੇਰ ਜੇ ਜੰਮਿਆ ਤਾਂ ਧੀ ਜੰਮਤੀ। ਪਰ ਇੱਕ ਗੱਲ ਉਹਨੂੰ ਸੋਚਣੀ ਚਾਹੀਦੀ ਹੈ, ਕਦੇ ਕਿਸੇ ਦੀ ਵੀ ਸੱਸ ਵੀ ਧੀ ਸੀ, ਪਹਿਲਾਂ ਧੀ ਉਸ ਤੋਂ ਬਾਅਦ ਨੂੰਹ ਤੋਂ ਬਾਅਦ ਸੱਸ। ਤੋਂ ਪੇਸ਼ ਕਰ ਲੱਗਾ, ਹੋਇਆ ਕੀ ਜੱਥੀ ਜੰਮ ਪਈ, ਹੋਇਆ ਕੀ ਜੱਥੀ ਜੰਮ ਪਈ, ਪਰ ਕੁੱਖ ਤਾਂ ਸੁਲੱਖਣੀ ਹੋਈ, ਧੀਵੀ ਤਾਂ ਦਾਤ ਰੱਬ ਦੀ, ਹੋ ਧੀਵੀ ਤਾਂ ਦਾਤ ਰੱਬ ਦੀ, ਭੈੜੀ ਦੁਨੀਆਂ ਦਬੀ ਰੋਈ, ਹੋਇਆ ਕੀ ਜੱਥੀ ਜੰਮ ਪਈ। ਸੁਣ ਵਾਲੀ ਇੱਕ ਕਹਿਣ ਲੱਗਾ, ਹਾਂਜੀ, ਕਈਆਂ ਪੁੱਤਾਂ ਤੋਂ ਪਿਆਰ ਵਾਲ ਲੈਂਦੀਆਂ, ਸੁੱਖ ਮਾਪਿਆਂ ਦੀ ਮੰਗਦੀਆਂ ਰਹਿੰਦੀਆਂ, ਸੁੱਖ ਮਾਪਿਆਂ ਦੀ ਮੰਗਦੀਆਂ ਰਹਿੰਦੀਆਂ, ਵੀਰੇ ਹੱਥ ਬੰਨ ਰੱਖੜੀ, ਹੋ ਵੀਰੇ ਹੱਥ ਬੰਨ ਰੱਖੜੀ, ਲੰਮੀ ਉਮਰਾਂ ਦੀ ਕਰਾਰ ਜੋਈ, ਹੋ ਕੀ ਜੇਠੀ ਜੰਮ ਪਈ। ਗੱਲ ਕਹਿਣ ਲੱਗਾ ਬੜੇ ਪਿਆਰ ਨਾਲ ਸੁਣ ਵਾਲੀ, ਧੀਆਂ ਨਿੰਦੀਆਂ ਨੇ ਤਾਈਓ ਸਮਾਜ ਨੇ, ਧੀਆਂ ਨਿੰਦੀਆਂ ਨੇ ਤਾਈਓ ਸਮਾਜ ਨੇ, ਬੜੀ ਬੱਟੇ ਪਾਏ ਦਾਜ ਦੇ ਰਿਵਾਜ ਨੇ, ਜੇ ਦਾਜ ਨਾ ਹੁੰਦੇ ਧੀ ਨੂੰ ਕਿਸੇ ਨੂੰ ਕੋਈ ਮਾੜਾ ਨਾ ਕਹਿੰਦਾ, ਧੀ ਸਿਰਫ ਦਾਜ ਕਰਕੇ ਮਾੜੀ ਮੰਨਿਆ ਜਾਂਦਾ, ਵੀ ਧੀ ਜੰਮ ਪੀ ਪਤਾ ਨੀ ਕਿਹੋ ਜਿਹੇ ਕੰਜਰ ਮਿਲਣਗੇ ਜਦੋਂ ਵੱਡੀ ਹੋਈ। ਇੱਕ ਮੈਂ ਗੱਲ ਜ਼ਰੂਰ ਕਹਿਣੀ, ਹੱਸਣ ਵਾਲੀ ਗੱਲ ਨੀ, ਕੋਈ ਬੰਦਾ ਕਿੰਨਾ ਅਮੀਰ ਹੈ, ਕਿੰਨਾ ਕੋਈ ਉਹਦੇ ਕੋਲ ਪੈਸਾ ਹੈ, ਕਿੰਨੀ ਜਾਇਦਾਦ ਆ ਉਹਨੂੰ ਕੋਈ ਪਤਾ ਨੀ, ਪਰ ਜਦੋਂ ਲੜਕੀ ਜਦੋਂ ਧੀ ਉਹਦੀ ਮੋਢੇ ਤੱਕ ਆਉਣ ਲੱਗ ਪੈਂਦੀ ਹੈ, ਇੱਕ ਫਿਕਰ ਖਾਣ ਲੱਗ ਪੈਂਦਾ। ਸਿਆਣੇ ਕਹਿੰਦੇ ਆ ਅੱਜ ਤੋਂ 50 ਸਾਲ ਪਹਿਲਾਂ ਵਿਆਹ ਹੁੰਦੇ ਸੀ,
ਹੁਣ ਤਾਂ ਸੌਦੇ ਹੁੰਦੇ ਆ ਸੌਦੇ। ਇਹ ਪੱਕੀ ਗੱਲ ਹੈ, ਪਹਿਲਾਂ ਨਾ ਵਿਆਹ ਵਾਲੀ ਕੁੜੀ ਦੇ ਪੈਰ ਦਾ ਪਤਾ ਹੁੰਦਾ ਸੀ ਵੀ ਕਿੰਨਾ, ਘਰਦਿਆਂ ਨੂੰ ਧਾਗਾ ਹੀ ਮਿਲ ਕੇ ਭੇਜ ਦਿੰਦੇ ਸੀ, ਤੇ ਨਾ ਮੁੰਡੇ ਦਾ ਪਤਾ ਹੁੰਦਾ ਸੀ ਮੁੰਡਾ ਕਿਹੋ ਜਿਹਾ, ਵਿਚੋਲੇ ਨੂੰ ਵੀ ਪਤਾ ਹੁੰਦਾ ਸੀ। ਅੱਜ ਕੱਲ੍ਹ ਤਾਂ ਪਹਿਲਾਂ ਹੀ ਟਰੱਕ ਭਰ ਕੇ ਲੈ ਜਾਂਦੇ ਕੁੜੀ ਦੇਖਣ, ਪੰਦਰਾਂ ਵੀਹ ਹਜ਼ਾਰ ਪਹਿਲਾਂ ਖਰਚਾ ਦਿੰਦੇ, ਕੁੜੀ ਪਸੰਦ ਆਵੇ ਚਾਹੇ ਨਾ ਆਵੇ, ਕੁੜੀ ਦਾ ਕੱਦ ਛੋਟ ਹੈ ਜੀ ਸਾਡੇ ਕੋਲ ਜਾਂਦੇ ਨੀ, ਉਈ ਕਹਿ ਕੇ ਤੁਰ ਜਾਂਦੇ, ਪਿੰਡ ਚ ਬਦਨਾਮੀ ਹੋ ਜਾਂਦੀ ਹੈ। ਫਿਰ ਮੰਗਾਂ ਸ਼ੁਰੂ ਕਰ ਦਿੰਦੇ ਆ, ਇੱਕ ਫਰਿੱਜ ਚਾਹੀਦੀ ਆ, ਇੱਕ ਟੀਵੀ ਚਾਹੀਦਾ, ਚਲੋ ਟੀਵੀ ਤਾਂ ਕਹਿੰਦੇ ਚੱਲ ਦੇ ਦੇਂਗੇ, ਫਰਿੱਜ ਕਹਿੰਦੇ ਫਰਿੱਜ ਇਸ ਕਰਕੇ ਲੈਣੀ ਆ ਭਾਈ, ਸਟੋਵ ਦਾ ਰਿਵਾਜ, ਧੀਆਂ ਨੂੰ ਸਾੜ ਕੇ ਮਾਰਨ ਦਾ ਰਿਵਾਜ ਤਾਂ ਪੁਰਾਣਾ ਹੋ ਗਿਆ, ਹੁਣ ਤੁਹਾਡੀ ਕੁੜੀ ਨੂੰ ਫਰਿੱਜ ਚਲਾ ਕੇ ਠੰਡੀ ਕਰਕੇ ਮਾਰਾਂਗੇ, ਲੋਕ ਗੱਲ ਕਹਿਣ ਲੱਗਾ। ਮੁੰਡੇ ਦੀ ਹੈ ਉਸ ਤੋਂ ਕਿਤੇ ਵੱਧ ਕੁੜੀ ਦੀ ਜ਼ਿੰਮੇਵਾਰੀ ਹੁੰਦੀ ਹੈ। ਮੁੰਡਾ ਤਾਂ ਕਿਤੇ ਸੂਏ ਤੇ ਬੈਠਾ ਲਾਹਣ ਪੀ ਜਾਂਦਾ, ਉਹ ਕੁੜੀ ਘਰੇ ਆਪਦੇ ਪਿਓ ਦੀ ਸੌਖੀ ਮਨਾਈ ਜਾਂਦੀ, ਬਾਪੂ ਛੇਤੀ ਘਰੇ ਆ ਜੀ, ਤੋ ਗੱਲ ਕਹਿਣ ਲੱਗਾ ਥਾਂ। ਪੁੱਤਾਂ ਦੇ ਜਿੰਨਾ ਕਿਸਾਨਦਾ ਨੇ ਕਿਤੇ ਵੱਧ ਕੇ ਧੀਆਂ ਦਾ ਯੋਗਦਾਨ ਏ, ਵੱਧ ਕੇ ਧੀਆਂ ਦਾ ਯੋਗਦਾਨ ਏ। ਪਹਿਲਾਂ ਵਾਲੀ ਗੱਲ ਨਾ ਰਹੀ, ਪਹਿਲਾਂ ਵਾਲੀ ਗੱਲ ਨਾ ਰਹੀ, ਫਿਰ ਤਾਂ ਪੁੱਤ ਦੇ ਪ੍ਰੋਪ ਹੋਈ, ਹੋਇਆ ਕੀ ਦੇਖੀ ਦਮ ਪਈ। ਲੋ ਧਿਆਨ ਦੇਣਾ, ਇਹ ਪੇਸ਼ ਕਰਨ ਲੱਗੇ ਹਾਂ ਸਾਡਾ ਆਉਣ ਵਾਲਾ ਰਿਕਾਰਡ ਗੀਤ। ਮਿਰਜੇ ਜੱਟ ਨੂੰ ਹਰ ਇੱਕ ਨੇ ਕਿਹਾ ਵੀ ਬੜਾ ਸੂਰਮਾ ਸੀਗਾ, ਸਾਹਿਬਾਂ ਜੱਟੀ ਨੂੰ ਕੱਢ ਕੇ ਲਿਆਇਆ, ਪਰ ਜੇ ਉਹ ਤਕੜਾ ਸੀ ਤੇ ਜਿਨ੍ਹਾਂ ਦੀ ਕੁੜੀ ਕੱਢ ਕੇ ਲਿਆਏ ਸੀ ਉਹ ਮਾੜੇ ਸੀਗੇ, ਉਹਨਾਂ ਨੇ ਰਗੜਤਾ। ਮਿਰਜਾ ਜੱਟ ਆਪ ਤਾਂ ਮਰ ਗਿਆ ਕੰਜਰ ਦਾ, ਸਾਨੂੰ ਦੁਖੀ ਕਰ ਗਿਆ ਗਾਉਣ ਨੂੰ, ਕਿਉਂਕਿ ਜ਼ੋਰ ਬਹੁਤ ਲੱਗਦਾ। ਤੋ ਪੇਸ਼ ਕੇ ਲੱਗਾ ਮਿਰਜਾ ਜੱਟ ਜੋ ਗੀਤ ਹੈ, ਇਹ ਵੀ ਬੇਸ਼ੱਕ ਰਿਕਾਰਡ ਕਰ ਲਈ ਬਾਈ। ਚੰਡੀ ਥੱਲੇ ਆਣ ਕੇ ਸ਼ਮੀਰਾ ਬੋਲਦਾ ਉਹ ਜੱਟ ਸੁੱਕਾ ਜਾਵੇ ਨਾ,